अज आप आ गए बाबा जी के दर्शन करने वास्ते मेन इतने जो गुरुद्वारा बाबा हजूर साहब जी हाँ पता इतने तुर के आए लागे पैंदा ना भुआ जी इतने रेंदे हूँ आप भी दर्शन करिए नाले तन भी कराइए दर्शन करो हम आप मत्था टेक लिए पहला अपनी संगत सारिया बैठी है कंटिन्यू हूँ आप चले हूँ आप आवे शाम क्योंकि शाम को सारी संगत जी वाले गुरुद्वारा साहब रात पाठ चलन दिया रहरास चलन रात वाई भी बकरी थी बच्ची वाहिगुरु जी का खालसा वाहिगुरु जी की फतेह तब बात दोहरा जो मेरे प्रमुख करी नोरा बहादुर के चरत भयो जग को शोक सदगुरु सिद्धी रत्या दर्जा खाई ऐठा कहो नानक कृपा करे जिस नूं जाने करे आप आपे आणे रास जयकार खालसा जी साहिब बोलो जी
ਕਿਸੇ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਅਸਥਾਨ ਮਾਤਾ ਪਾਗੋ ਜੀ ਦਾ ਤਪ ਸਥਾਨ ਹੈਗਾ ਆਪ ਜੀ ਦੇ ਮੋਹਰੇ ਮਾਤਾ ਪਾਗੋ ਜੀ ਆਪਣੇ ਫੋਟੋ ਹੈਗੇ ਉਹਨਾਂ ਦੀ ਬੰਦੂਕ ਹੈਗੀ 50 ਕਿਲੋ ਪਾਨ 12.5 ਫੁੱਟ ਲੰਬੇ ਆਪਣੇ ਮੋਢੇ ਤੇ ਰੱਖ ਕੇ ਚਲਾਉਂਦੇ ਸੀ ਨਿੱਕੇ ਨਿੱਕੇ 25-25 ਕਿਲੋ ਦੇ ਥੋੜੇ ਗਾ ਰੈਫਲਾਂ 40 ਮੁਕਤਿਆਂ ਦੇ ਜੋ ਮੁਕਾ ਸਰ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਦੇ ਸ਼ਸਤਰ ਦੇ ਨਾਲ ਦੋ ਪੈਗੀ 1.5 ਕੁਇੰਟਲ ਦੀ ਤਾਂਬੇ ਦੀ ਗੱਡੇ ਤੇ ਰੱਖ ਕੇ ਚਲਾਉਣ ਵਾਲੇ ਉਸ ਤੋਪ ਨਾਲ ਮਾਤਾ ਪਾਗੋ ਜੀ ਨੇ ਮੁਕਤਸਰ ਦਾ ਜੰਗ ਫਤਿਹ ਕੀਤਾ ਮੁਗਲਾਂ ਦਾ ਤੁਰਕਾਂ ਦਾ ਦੁਸ਼ਟਾਂ ਦਾ ਨਾਸ਼ ਕੀਤਾ ਉਹ ਥੜੇ ਚ ਬੈਠ ਕੇ ਮਾਤਾ ਪਾਗੋ ਜੀ ਨੇ ਛੇ ਸਥਾਨ ਹੈਗਾ ਮਾਤਾ ਪਾਗੋ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਾਉਣ ਤੋਂ ਬਾਅਦ 5 ਪਿਆਰੇ ਵਿੱਚ 2 ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਉਹ ਇੱਥੇ ਜੋਤੀ ਜੋਤ ਸਮਾਂ ਉਹਨਾਂ ਦੇ ਦੋ ਅੰਗਿੱਠੇ ਸਾਹਿਬ ਹੈਗੇ ਭਰਲੇ ਪਾਸੇ ਆ 300 ਸਾਲ ਪੁਰਾਤਨ ਛਤਰ ਅਸ਼ਤਰ ਰੱਖ ਕੇ ਮਾਤਾ ਪਾਗੋ ਜੀ ਵਿਧਰ ਨੂੰ ਗਏ ਜਨੌੜਾ ਗੁਰਦੁਆਰਾ ਨਾਨਕ ਜੀਰੇ ਦੇ ਲਾਗੇ ਉੱਥੇ ਜਾ ਕੇ ਮਾਤਾ ਪਾਗੋ ਜੀ ਜੋਤੀ ਜੋਤ ਸਮਾਂ ਉਹਨਾਂ ਦਾ ਜਨਮ ਅਸਥਾਨ ਪਿੰਡ ਜਬਾਲ ਤਹਿਸੀਲ ਤਰਨ ਤਾਰਨ ਜ਼ਿਲ੍ਹਾ ਅੰਮ੍ਰਿਤਸਰ ਉਹਨਾਂ ਦਾ ਕੱਦ 6.5 ਫੀਟ ਉੱਚਾ ਸੀ ਬਚਪਨ ਤੋਂ ਜੱਤੀ ਸਤੀ ਰਹਿ ਇਸਤਰੀ ਜਾਤ ਪੰਜਾਬ ਨੇ ਛੇਦ ਨੇ ਖਵਾਰ ਪੰਜਾਬ ਦਾ ਨਾਂ ਰੋਸ਼ਨ ਕੀਤਾ ਮਾਤਾ ਪਾਗੋ ਜੀ ਨੇ ਇਹ ਅਸਥਾਨ ਮਾਤਾ ਪਾਗੋ ਜੀ ਤੇ ਤਪਾ ਸਥਾਨ ਤੇ ਪੱਟੀ ਦੇ ਤਪਾ ਸਥਾਨ ਤੇ ਅਰਦਾਸ ਕਰਾਉਣੀ ਤੇ ਪੁਰਾਣਾ ਦੱਸਿਆ ਅਰਦਾਸ ਕਰਾ ਸਕਦੇ ਨੇ ਮਾਤਾ ਪਾਗੋ ਜੀ ਦੇ ਬੁਝਿਆ ਪ੍ਰਾਪਤ ਕਰੋ ਆਪਣੀ ਯਾਤਰਾ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਧਰ ਰੌਣਕਾਂ ਪੂਰੀਆਂ ਲੱਗੀਆਂ ਵਾ ਦੁਕਾਨਾਂ ਉੱਥੋਂ ਤੱਕ ਬਹੁਤ ਸੋਹਣੀਆਂ ਜੇ ਕੜੇ ਕੁੜੇ ਖੜਨੇ ਆ ਮਤਲਬ ਮੈਂ ਕਿਹਾ ਕੜੇ ਤੇ ਬਾਅਦ 'ਚ ਖੜਾਂਗੇ ਜਾਣ ਲੱਗਿਆ ਜੇ ਕੜੇ ਪ੍ਰਸ਼ਾਦ ਖੜਨਾ ਵਾ ਇੰਨੇ ਦਿਨ ਹਾਂ ਉਹ ਬਾਅਦ 'ਚ ਇੱਥੇ ਹੀ ਰਹਿਣਾ ਹਾਂ ਉਹੀ ਕਹਿੰਦਾ ਜੇ ਇੱਥੇ ਹੀ ਆ ਉਦੋਂ ਲਵਾਂਗੇ ਸਾਰਾ ਵੇਖ ਲਿਆ ਵੈ ਵੇਖਣਾ ਨਹੀਂ ਨਹੀਂ ਉਹ ਜੇ ਤੁਸੀਂ ਕਈ ਖਵਾ ਮੈਂ ਕਾਫੀ ਕਾਫੀ
सेल्फी ले लवा तुम कैमरा मैन मार देना या गोविंद बाग बाग ਇੱਥੋਂ ਦੇ ਗੁਰਦੁਆਰਾ ਸਾਹਿਬ ਅੰਦਰ ਇੱਥੇ ਲੇਜ਼ਰ ਸ਼ੋਅ ਹੁੰਦਾ ਪਰ ਹੁਣ ਬੰਦ ਆ ਜਦੋਂ ਹੋਊਗਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਹਾਂਜੀ ਤੇ ਹੁਣ ਆਪਾਂ ਆ ਗਏ ਆ ਗੋਮਿਦ ਬਾਗ ਘੁੰਮਣ ਵਾਸਤੇ ਇੱਥੇ ਪਾਰਕ ਬਣੀ ਆ ਇੱਥੇ ਮਤਲਬ ਲੇਜ਼ਰ ਸ਼ੋਅ ਹੁੰਦਾ ਆ ਹੁਣ ਬੰਦ ਕੀਤਾ ਵਾ ਥੋੜੀ ਦੇਰ ਤੋਂ ਬਾਕੀ ਇੱਥੇ ਬੱਚਿਆਂ ਦੀ ਪਾਰਕ ਬਣੀ ਆ ਸ਼ਾਮ ਨੂੰ ਜਿੰਨੇ ਵੀ ਬੱਚੇ ਆ 10 ਰੁਪਏ ਲੱਗਦੇ ਪਾਰਕ 'ਚ ਤੇ ਅੰਦਰ ਪੰਗੂੜੇ ਆ ਬੱਚੇ ਆ ਕੇ ਇੱਥੇ ਖੇਡਦੇ ਆ ਮਤਲਬ ਸਾਰੇ ਬੱਚੇ ਇੱਥੇ ਆ ਕੇ ਖੇਡਦੇ ਵੱਡੇ ਵੀ ਖੇਡਦੇ ਆ ਤੇ ਇਹ ਮਤਲਬ ਲੇਜ਼ਰ ਸ਼ੋਅ ਕਹਿੰਦੇ ਹੀ ਲੱਗਦਾ ਪਰ ਲੱਗਾ ਨਹੀਂ ਇੱਥੇ ਮਤਲਬ ਸੈਰ ਵਗੈਰਾ ਵੀ ਤੁਸੀਂ ਆਰਾਮ ਨਾਲ ਕਰ ਸਕਦੇ ਕਾਫੀ ਵੱਡੀ ਜਗ੍ਹਾ ਬਣੀ ਆ ਰਾਤ ਵੈਸੇ ਘੱਟ ਹੀ ਆਉਂਦੇ ਆ ਜ਼ਿਆਦਾ ਦਿਨ ਹੀ ਸਾਰੇ ਜਣੇ ਆਉਂਦੇ ਆ ਤੇ ਚੀਕੂਆਂ ਦੇ ਬੂਟੇ ਇੰਨੇ ਜ਼ਿਆਦਾ ਇੱਥੇ ਥੱਲੇ ਚੀਕੂ ਡਿੱਗੇ ਹੁੰਦੇ ਵਿਖਾਉਂਦੇ ਤੁਹਾਨੂੰ ਚੀਕੂ ਵੀ ਆ ਗੋਬਿੰਦ ਬਾਗ ਵਿੱਚ ਜਗ੍ਹਾ ਬਣੀ ਆ ਪੱਥਰਾਂ ਦੀ ਬੜੀ ਵਧੀਆ ਇੱਥੇ ਪਹਿਲਾਂ ਪਾਣੀ ਹੁੰਦਾ ਸੀ ਪਰ ਹੁਣ ਇੱਥੇ ਪਾਣੀ ਨਹੀਂ ਹੈਗਾ ਕੀ ਹੋਣ ਡਿਆ ਹੈ ਗੁਰਦੁਆਰਾ ਸਾਹਿਬ ਬਣਿਆ ਇੱਥੇ ਅੰਦਰ ਬਹੁਤ ਹੀ ਵਧੀਆ ਇੱਥੇ ਲੇਜ਼ਰ ਸ਼ੋਅ ਲੱਗਦਾ ਲੱਗਦਾ ਪਰ ਹਜੇ ਬੰਦ ਆ ਦੱਸਦਾ ਵਾ ਬੰਦ ਆ ਅੱਛਾ ਇੱਥੇ ਹੁੰਦਾ ਆਵੇ ਬੜੇ ਚੀਕੂ ਲੱਗੇ ਬਟੂਆ ਘਰ ਛੱਡ ਆਉਂਦੇ ਆ ਵੀ ਮੈਨੂੰ ਉੱਥੇ ਜਾ ਕੇ ਕੁਝ ਖਵਾਉਣਾ ਨਾ ਪਵੇ ਤੇ ਹੁਣ ਮੈਂ ਸਕੈਨਰ ਕਰ ਦੂ ਜਿਹੜਾ ਬੰਦਾ ਬਟਵਾ ਹੀ ਘਰ ਛੱਡ ਆਉਂਦਾ ਅੱਜ ਸਵੇਰੇ ਆਏ ਦੁਕਾਨ ਤੇ 60 ਦੀ ਚੀਜ਼ ਲੈ ਕੇ ਤੇ ਇਧਰ ਉਧਰ ਵੇਖਦੇ ਪਉਣਾ ਸਕੈਨਰ ਉਹ ਕਹਿੰਦਾ ਸਾਡੇ ਕੋਲ ਨੀ ਸਕੈਨਰ ਹੁੰਦਾ ਤੇ 60 ਰੁਪਏ ਛਬਰੇ ਹੋ ਗਿਆ ਮੈਂ ਇੱਥੇ ਰਹਿਣਾ ਪਿੱਛੇ ਮੈਂ ਦੇ ਜਾਂਦਾ ਹਾਂ ਮਤਲਬ ਚੀਜ਼ੀ ਕਿਉਂ ਲੈਣੀ ਜੇ ਤੁਸੀਂ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੇ ਨਹੀਂ ਬੜੀ ਮਿਹਰਬਾਨੀ ਨਹੀਂ ਤੇ ਗੁਰਦੁਆਰਾ ਸਾਹਿਬ ਦੇ ਸਾਰਿਆਂ ਨੇ ਦਰਸ਼ਨ ਕਰ ਹੀ ਲਏ ਹੁਣੇ ਆ
ਠੀਕ ਆ ਤੇ ਸਾਨੂੰ ਵੀ ਬਹੁਤ ਵਧੀਆ ਲੱਗਾ ਮਤਲਬ ਬੜੀ ਵਧੀਆ ਸ਼ਾਂਤੀ ਵੀ ਮਿਲਦੀ ਬਹੁਤ ਵਧੀਆ ਲੱਗਦਾ ਉੱਥੇ ਹਨਾ ਜਾ ਕੇ ਤੇ ਬਹੁਤ ਜਣੇ ਮਿਲੇ ਵੀ ਉੱਥੇ ਸਾਨੂੰ ਪਹਿਲਾਂ ਵੀ ਅਸੀਂ ਇੱਕ ਦਿਨ ਗਏ ਹਾਂ ਪਰ ਉਦਣ ਅਸੀਂ ਆਪਣੀ ਮੱਥਾ ਹੀ ਇਕੱਲਾ ਟੇਕਿਆ ਸੀ ਹਨਾ ਵਧੀਆ ਲੱਗਾ ਸੀ ਸਾਨੂੰ ਤੇ ਫਿਰ ਅੱਜ ਅਸੀਂ ਸੋਚਿਆ ਸਾਰਿਆਂ ਦਰਸ਼ਨ ਕਰਾ ਲਈ ਵੈ ਤੇ ਸਾਰੇ ਜਣੇ ਕਰਦੇ ਰਹਿੰਦੇ ਆ ਪਰ ਫਿਰ ਵੀ ਤੇ ਬਾਕੀ ਜਿਹੜਾ ਟਿਕਟਾਂ ਦਾ ਸੀ ਉਹ ਪਾ ਦਿੱਤਾ ਸੀ ਕਿੱਦਾਂ ਕਿੱਦਾਂ ਹੁਣ ਅੱਛਾ ਸੋਰੀ ਇੱਧਰ ਘਰ ਚ ਤਾਂ ਕਹਿੰਦੇ ਸੀ ਵੀ ਇਹਦੇ ਨਾਲ ਮਤਲਬ ਮਾਹ ਹਨਾ ਜਾਇਆ ਜਾਂਦਾ ਵਾਕਿਆ ਇੰਨੀ ਦੂਰ ਬੜੀ ਕਿਸਮਤ ਵਾਲਾ ਹੁੰਦਾ ਜਿਹੜਾ ਇੱਥੋਂ ਤੱਕ ਮੱਥਾ ਟੇਕਣ ਆਉਂਦਾ ਆ ਕਿਉਂਕਿ ਤੁਹਾਨੂੰ ਪਤਾ ਜ਼ਿਆਦਾਤਰ ਦੂਰ ਦੇ ਕਰਕੇ ਪਰ ਹੁਣ ਤਾਂ ਬੜਾ ਸੌਖਾ ਹੋ ਗਿਆ ਵਲੋਗ ਪਾਇਆ ਵੀ ਕਿੱਦਾਂ ਟਿਕਟ ਕਰਨੀ ਕਿੱਦਾਂ ਨਹੀਂ ਸਾਰਾ ਤੁਸੀਂ ਵੇਖ ਸਕਦੇ ਜੇ ਹੁਣ ਤੁਹਾਨੂੰ ਇੰਨੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਮੇਰੇ ਖਿਆਲ ਨਾਲ ਤਾਂ ਇਹ ਤੁਹਾਨੂੰ ਦਰਸ਼ਨ ਕਰਨੇ ਚਾਹੀਦੇ ਜਿਨ੍ਹਾਂ ਦੇ ਮਨ 'ਚ ਇੱਛਾ ਆ ਕਿਉਂ ਕਿਉਂਕਿ ਮੈਂ ਮਤਲਬ ਕੁਆਰੀ ਹੁੰਦੀ ਆਪੋ ਹੁਣੀ ਇੱਥੇ 2005 ਤੋਂ ਰਹਿਣ ਡਿਆ ਆਲਮੋਸਟ ਸਾਡੇ ਸਾਰੇ ਘਰਦਿਆਂ ਨੇ ਨਾ ਦਰਸ਼ਨ ਕਰ ਲਏ ਇੱਕ ਮੈਨੂੰ ਛੱਡ ਕੇ ਮੈਂ ਕਦੀ ਨਹੀਂ ਇੱਥੇ ਆਈ ਪ੍ਰਭ ਵੀ ਤੁਸੀਂ ਆਏ ਤੁਸੀਂ ਨਾ ਪ੍ਰਭ ਵੀ ਪਹਿਲੀ ਵਾਰ ਆਏ ਤੇ ਅਸੀਂ ਕਦੀ ਦਰਸ਼ਨ ਨਹੀਂ ਕੀਤੇ ਮੇਰੀ ਬੜੀ ਇੱਛਾ ਹੈ ਕਿਉਂਕਿ ਸਾਰੇ ਜਣੇ ਜਾਂਦੇ ਹੁੰਦੇ ਸੀ ਬਸ ਮੈਨੂੰ ਛੱਡ ਕੇ ਤੇ ਹੁਣ ਨੌਕਰੀ ਦੇ ਹਾਂ ਉਦੋਂ ਪਰ ਚਲੋ ਵਿਆਹ ਤੋਂ ਬਾਅਦ ਇੱਛਾ ਪੂਰੀ ਹੋਈ ਹੁਣ ਆਏ ਆ ਬੜਾ ਵਧੀਆ ਲੱਗਾ ਬਹੁਤ ਵਧੀਆ ਲੱਗਾ ਸਾਰੇ ਪੱਪਾ ਮਿਲੇ ਸਾਰੇ ਆਪਣੇ ਸੋਹਰੇ ਤੇ ਹੁਣ ਆਪਾਂ ਜਿੰਨੇ ਵੀ ਹੈਗੇ ਇੱਥੇ ਗੁਰਦੁਆਰਾ ਸਾਹਿਬ ਸਾਰਿਆਂ ਤੇ ਮੱਥਾ ਟੇਕਣਾ ਬਾਕੀ ਚਲੋ ਜਿੰਨੇ ਵੀ ਇੱਥੇ ਗੁਰਦੁਆਰਾ ਸਾਹਿਬ ਆਪਾਂ ਸਾਰਿਆਂ ਤੇ ਜਾਣਾ ਤੇ ਇਹਦੇ ਨਾਲ ਨਾਲ ਜਿੰਨੀਆਂ ਵੀ ਇੱਥੇ ਹੋਰ ਜਗ੍ਹਾ ਅਸੀਂ ਸਾਰੀਆਂ ਮਤਲਬ ਘੁੰਮਣੀਆਂ ਹੈ ਕਿਉਂਕਿ ਇੱਥੇ ਆਪਾਂ ਰਹਿਣਾ ਹਜੇ ਤੇ ਚਲੋ ਠੀਕ ਹੈ ਦਰਸ਼ਨ ਕਰ ਹੀ ਲਏ ਹੁਣੇ ਤੁਸੀਂ ਤੇ ਚਲੋ ਮਹਾਰਾਜ ਸੁੱਖ ਰੱਖੇ ਸੱਚੇ ਪਾਤਸ਼ਾਹ ਤੇ ਜੇ ਤੁਸੀਂ ਸਵੇਰੇ ਜਾਂਦੇ ਜੇ ਸ਼ਾਮੀ ਜਾਂਦੇ ਜੇ ਬਹੁਤ ਵਧੀਆ ਤੇ ਤੁਹਾਨੂੰ ਮੈਂ ਦੱਸਦਾ ਕਿ ਸਵੇਰੇ ਇੱਥੇ ਤਿਲਕ ਵੀ ਚੰਦਨ ਦਾ ਤਿਲਕ ਲਾਉਂਦੇ ਆ ਮੱਥੇ 'ਚ ਆਪਣਾ ਉਦੋਂ ਵੀ ਪਾਠ ਹੀ ਹੁੰਦਾ ਨਾ ਪਾਠ ਪਹਿਲੀ ਅਰਦਾਸ ਦਾ ਪਾਠ ਹੁੰਦਾ ਆ ਉੱਥੇ ਮਤਲਬ ਚੰਦਨ ਦਾ ਤਿਲਕ ਸਾਰਿਆਂ ਦੇ ਮੱਥੇ 'ਚ ਲਾਇਆ ਜਾਂਦਾ ਵਾ ਕਿਉਂ ਚਲੋ ਠੀਕ ਆ ਫਿਰ ਸਾਰੇ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਬਾਏ ਬਾਏ ਪ੍ਰਭ ਆ ਕੀ ਹੈ ਬਾਏ ਬਾਏ ਗਾਇਸ ਬਾਏ ਬਾਏ ਗਾਇਸ ਭੈਣਾਂ ਨੂੰ ਗਾਇਸ ਵੀਰਿਆਂ ਨੂੰ ਸਾਰਿਆਂ ਨੂੰ